ਤੁਹਾਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਨਾਮ ਦੇ এডਿਊਕੇਸ਼ਨ ਹੱਬ ਵਿੱਚ ਅੱਜ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵਿੱਚ ਨਵੀਂ ਭਰਤੀ ਆਊਟ ਹੋਈ ਹੈ ਤੁਹਾਨੂੰ ਦੱਸਾਂਗੇ ਵੀ ਕੌਣ ਫਾਰਮ ਭਰ ਸਕਦਾ ਹੈ ਕੌਣ ਨਹੀਂ ਭਰ ਸਕਦਾ ਪੂਰੀ ਡਿਟੇਲ ਦੇਵਾਂਗੇ ਵੀਡੀਓ ਨੂੰ ਸਾਰਿਆਂ ਨੇ ਧਿਆਨ ਨਾਲ ਦੇਖਣਾ ਹੈ ਕਿਸੇ ਨੇ ਸਕਿਪ ਨਹੀਂ ਕਰਨਾ ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬੈਲ ਆਈਕਨ ਪ੍ਰੈਸ ਕਰ ਦੇਵੋ ਤਾਂ ਜੋ ਤੁਹਾਨੂੰ ਡੇਲੀ ਦੇ ਨੋਟੀਫਿਕੇਸ਼ਨਾਂ ਟਾਈਮ 'ਤੇ ਮਿਲਦੀਆਂ ਰਹਿਣ ਦੇਖਦੇ ਆਂ ਵੀ ਕਿਹੜੀਆਂ ਪੋਸਟਾਂ ਆਊਟ ਹੋਈਆਂ ਨੇ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪਹਿਲੀ ਪੋਸਟ ਹੈ ਡੀਓ ਕੰਪਿਊਟਰ ਆਪਰੇਟਰ ਆ ਚਾਰ ਪੋਸਟਾਂ ਆਊਟ ਹੋਈਆਂ ਨੇ ਗ੍ਰੈਜੂਏਟ ਤੁਸੀਂ ਇਹ ਕਿਤੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ 120 ਘੰਟਿਆਂ ਦਾ ਕੰਪਿਊਟਰ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਾ ਤੁਹਾਡੇ ਕੋਲੇ O ਲੈਵਲ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਟਾਈਪਿੰਗ ਸਪੀਡ ਜਿਹੜੀ ਪੰਜਾਬੀ ਅਤੇ ਇੰਗਲਿਸ਼ ਦੀ 30 ਬਰਡ ਪਰਮੈਂਟ ਹੋਣੀ ਚਾਹੀਦੀ ਹੈ ਅੱਗੇ ਕੇ ਲੈਬ ਟੈਕਨੀਸ਼ੀਅਨ ਦੀਆਂ ਤਿੰਨ ਪੋਸਟਾਂ ਨੇ ਤੁਸੀਂ ਜਿਹੜੀ +2 ਮੈਡੀਕਲ ਸਾਇੰਸ ਨਾਲ ਕੀਤੀ ਹੋਣੀ ਚਾਹੀਦੀ ਹੈ ਬੀ ਐਸ ਸੀ ਫਰੋਮ ਰੈਕੋਗਨਾਈਜ਼ਡ ਯੂਨੀਵਰਸਿਟੀ ਕੀਤੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ 2 ਸਾਲ ਦਾ ਲੈਬ ਟੈਕਨੀਸ਼ੀਅਨ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਨੈਕਸਟ ਹੈ ਲੈਬ ਟੈਕਨੀਸ਼ੀਅਨ ਨਿਊਰੋਲੋਜੀ ਡਿਪਾਰਟਮੈਂਟ ਵਿੱਚ ਇੱਕ ਭਰਤੀ ਆਊਟ ਹੋਈ ਹੈ ਪਲੱਸ 2 ਜਿਹੜੀ ਤੁਸੀਂ ਮੈਡੀਕਲ ਸਾਇੰਸ ਨਾਲ ਕੀਤੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਬੀਐਸਸੀ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ 2 ਸਾਲ ਦਾ ਤੁਹਾਡੇ ਕੋਲ ਲੈਬ ਟੈਕਨੀਸ਼ੀਅਨ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਨਿਊਰੋਲੋਜੀ ਡਿਪਾਰਟਮੈਂਟ ਵਿੱਚ ਲੈਬ ਔਟੈਂਡੈਂਟ ਦੀਆਂ ਦੋ ਪੋਸਟਾਂ ਆਊਟ ਹੋਈਆਂ ਨੇ ਪਲੱਸ 2 ਜਿਹੜੀ ਤੁਹਾਡੇ ਪਾਸ ਹੋਣੀ ਚਾਹੀਦੀ ਹੈ ਸਾਇੰਸ ਨਾਲ ਡਿਪਲੋਮਾ ਤੁਹਾਡੇ ਕੋਲ ਮੈਡੀਕਲ ਲੈਬਾਰਟਰੀ ਟੈਕਨੋਲੋਜੀ ਔਨ ਰੈਗੂਲਰ ਬੇਸਿਸ ਤੇ ਹੋਣਾ ਚਾਹੀਦਾ ਹੈ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਸਪਾਈ ਸੇਵਕ ਦੀਆਂ 8 ਪੋਸਟਾਂ ਨੇ 8ਵੀਂ ਪਾਸ ਹੋਣਾ ਚਾਹੀਦਾ ਹੈ ਤੁਹਾਡੂੰ ਲੇਖਣ ਦਾ ਅਤੇ ਪੜ੍ਹਨ ਦਾ ਗਿਆਨ ਹੋਣਾ ਚਾਹੀਦਾ ਹੈ ਐਨਸਥੀਨਿਆ ਟੈਕਨੀਸ਼ੀਅਨ ਦੀਆਂ 7 ਪੋਸਟਾਂ ਨੇ ਤੁਸੀਂ ਜਿਹੜੀ ਪਲੱਸ 2 ਐ ਸਾਇੰਸ ਨਾਲ ਕੀਤੀ ਹੋਣੀ ਚਾਹੀਦੀ ਹੈ ਬੀਏ ਸਨ ਅਨਸਥਾਨੀਆ ਟੈਕਨੋਲੋਜੀ ਫॉर ਰੈਕੋਗਨਾਈਜ਼ਡ ਯੂਨੀਵਰਸਿਟੀ ਤੋਂ ਕੀਤਾ ਹੋਣਾ ਚਾਹੀਦਾ ਹੈ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਓਟੀ ਦੀਆਂ 12 ਪੋਸਟਾਂ ਨੇ ਪਲੱਸ 2 ਜਿਹੜੀ ਤੁਸੀਂ ਸਾਇੰਸ ਨਾਲ ਕੀਤੀ ਹੋਣੀ ਚਾਹੀਦੀ ਹੈ ਡਿਪਲੋਮਾ ਇਨ ਆਪਰੇਸ਼ਨ ਥੀਟਰ ਟੈਕਨੋਲੋਜੀ ਜਾਂ ਬੀਐਸਸੀ ਆਪਰੇਸ਼ਨ ਥੀਟਰ ਟੈਕਨੋਲੋਜੀ ਨੈ ਕੀਤਾ ਹੋਣਾ ਚਾਹੀਦਾ ਹੈ 2 ਸਾਲ ਦਾ ਤੁਹਾਡੇ ਕੋਲੇ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਵਾਰਡਨ ਫੀਮੇਲ ਇੱਕ ਪੋਸਟ ਆਊਟ ਹੋਈ ਹੈ ਤੁਹਾਡੇ ਕੋਲ ਗ੍ਰੈਜੂਏਸ਼ਨ ਜਿਹੜੀ ਹੋਮ ਸਾਇੰਸ ਨਾਲ ਕੀਤੀ ਹੋਣੀ ਚਾਹੀਦੀ ਹੈ 2 ਸਾਲ ਦਾ ਤੁਹਾਡੇ ਕੋਲੇ ਵਰਕਿੰਗ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਹੋਸਟਲ ਇਨ ਯੂਨੀਵਰਸਿਟੀ ਵਿੱਚ ਏਸੀਜੀ ਲਈ ਇੱਕ ਪੋਸਟ ਆਊਟ ਹੋਈ ਹੈ ਤੁਹਾਨੂੰ ਪਲੱਸ 2 ਜਿਹੜੀ ਕੀਤੀ ਹੋਣੀ ਚਾਹੀਦੀ ਹੈ ਸਾਇੰਸ ਨਾਲ ਬੈਚਲਰ ਡਿਗਰੀ ਵਿੱਚ 50% ਮਾਰਕਸ ਹੋਣੇ ਚਾਹੀਦੇ ਨੇ ਵਾਨੀਆ ਦਾ ਡਿਪਲੋਮਾ ECG ਦਾ ਕੀਤਾ ਹੋਣਾ ਚਾਹੀਦਾ ਹੈ 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ CSD ਲਾਂਡਰੀ ਸਰਵਿਸ ਅਸਿਸਟੈਂਟ ਵਿੱਚ ਇੱਕ ਪੋਸਟ ਆਊਟ ਹੋਈ ਹੈ ਤੁਹਾਡੇ ਕੋਲ ਜਿਹੜਾ ਪਲੱਸ 2 ਵਿੱਚ BSC OT ਵਿਦ ਟ੍ਰੇਨਿੰਗ ਇਨ ਸਟੈਰਨਾਈਜੇਸ਼ਨ ਟੈਕਨੀਕਸ ਫਰੋ ਰੈਕਨੋਇਡ ਯੂਨੀਵਰਸਿਟੀ ਹਸਪੀਟਲ ਤੋਂ ਕੀਤਾ ਹੋਣਾ ਚਾਹੀਦਾ ਹੈ ਜਾਂ ਤੁਹਾਡੇ ਕੋਲ ਡਿਪਲੋਮਾ ਇਨ OT ਵਿਦ ਟ੍ਰੇਨਿੰਗ ਇਨ ਸਟੇਲਾਈਜੇਸ਼ਨ ਟੈਕਨੀਕਸ ਵਿਦ 1 ਸਾਲ ਦਾ ਡਿਪਲੋਮਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ 37 ਪੋਸਟਾਂ ਦੇ ਸਕਿਉਰਿਟੀ ਗਾਰਡ ਦੀਆਂ ਆਊਟ ਹੋਈਆਂ ਨੇ ਐਕਸ ਸਰਵਿਸਮੈਨ ਵਿਦ ਗੁੱਡ ਸਰਵਿਸ ਰਿਕਾਰਡ ਹੋਣਾ ਚਾਹੀਦਾ ਹੈ ਗਾਰਡਸ ਕੁਆਲੀਫਾਈ ਪੀ ਐਸ ਏ ਆਰ ਦਾ ਕੀਤਾ ਹੋਣਾ ਚਾਹੀਦਾ ਹੈ ਗਾਰਡਸ ਹੈਵਿੰਗ ਐਕਸਪੀਰੀਅੰਸ 5 ਸਾਲ ਦਾ ਇਨ ਐਨੀ ਰੈਪਿਊਟ ਇੰਸਟੀਟਿਊਸ਼ਨ ਜਾਂ ਆਰਗੇਨਾਈਜੇਸ਼ਨ ਦਾ ਹੋਣਾ ਚਾਹੀਦਾ ਹੈ ਇਹ ਜਿਹੜੀ ਹੈ 40 ਤੋਂ 50 ਸਾਲ ਦੇ ਵਿਚਕਾਰ ਜਿਹੜਾ ਸਕਿਉਰਿਟੀ ਗਾਰਡ ਹੋਣਾ ਚਾਹੀਦਾ ਹੈ ਇਹ ਜਿਹੜੀਆਂ ਪੋਸਟਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਵਿਖੇ ਆਊਟ ਹੋਈਆਂ ਨੇ ਜਿਹੜੀ ਵੀ ਤੁਹਾਡੀ ਕੁਆਲਿਫੀਕੇਸ਼ਨ ਆਉਂਦੀ ਹੈ ਉਸ ਦੇ ਹਿਸਾਬ ਨਾਲ ਤੁਸੀਂ ਫਾਰਮ ਫਿਲ ਕਰ ਸਕਦੇ ਹੋ ਜੋ ਤੁਹਾਨੂੰ ਸੈਲਰੀ ਮਿਲੇਗੀ ਡੀਸੀ ਰੇਟ ਆਫ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਹਿਸਾਬ ਨਾਲ ਮਿਲੇਗੀ 25 ਜੇ 2022 ਤੱਕ ਜਿਹੜਾ ਤੁਸੀਂ ਫੀਸ ਹੈਡੀ ਡਿਮਾਂਡ ਡਰਾਫਟ ਫੇਵਰ ਇਨ ਰਜਿਸਟਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਪੇਵਲ ਕਰਨੀ ਹੋਵੇਗੀ ਜਿਆਦਾ ਜਾਣਕਾਰੀ ਲਈ ਤੁਸੀਂ ਇਹਨੇ ਸਾਈਟ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਆਪਣੇ ਚੈਨਲ ਨੂੰ ਵਾਤਵਾ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਨਾਲੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਉਹਨਾਂ ਨੂੰ ਵੀ ਨੋਟੀਫਿਕੇਸ਼ਨਾਂ ਟਾਈਮ ਸਿਰ ਮਿਲਦੀਆਂ ਰਹਿਣ ਤੁਹਾਡਾ ਸਾਰਿਆਂ ਦਾ ਧੰਨਵਾਦ